ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿਸਟਰੀ ਦਾ ਸੈਂਪਲ ਪੇਪਰ ਲੈ ਕੇ ਆ ਚੁੱਕੇ ਹਾਂ। ਪੂਰਾ ਸੋਲੂਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਜ਼ਰੂਰ ਕਰ ਲੈਣਾ। ਪਹਿਲੇ ਭਾਗ ਦੇ ਵਿੱਚ ਬਹੁਤ ਜਲਦੀ ਪ੍ਰਸ਼ਨ ਪੁੱਛੇ ਜਾਣਗੇ ਆਪਾਂ ਨੂੰ, ਹਰੇਕ ਪ੍ਰਸ਼ਨ ਜਿਹੜਾ ਇੱਕ ਅੰਕ ਦਾ ਹੈਗਾ। ਪਹਿਲਾ ਪ੍ਰਸ਼ਨ ਆਪਣਾ ਹੈਗਾ, ਜਨਾਲੀਆ ਨੇ ਪੰਜਾਬ ਨੂੰ ਕਿਸ ਨਾਮ ਨਾਲ ਪੁਕਾਰਿਆ? ਇਸਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਈ, ਪੈਟਾਪਟਾਮੀਆ। ਪ੍ਰਸ਼ਨ ਦੂਜਾ ਹੈਗਾ, ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ? ਇਸਦਾ ਆਪਣਾ ਆਂਸਰ ਹੈਗਾ ਆਪਸ਼ਨ ਨੰਬਰ ਈ, 29 ਮਾਰਚ 1849 ਈਸਵੀ ਵਿੱਚ। ਤੀਜਾ ਪ੍ਰਸ਼ਨ, ਜਫ਼ਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਸੀ? ਇਸਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਐਰਾ, ਫਾਰਸੀ ਵਿੱਚ। ਪ੍ਰਸ਼ਨ ਚਾਰ ਹੈਗਾ, ਚਾਰ ਬਾਗ ਇਹ ਪੰਜਾਬ ਨਾਮੀ ਪੁਸਤਕ ਦੀ ਰਚਨਾ ਕਿਸਨੇ ਕੀਤੀ? ਇਸਦਾ ਆਪਣਾ ਉੱਤਰ ਹੈਗਾ ਗਣੇਸ਼ ਦਾਸ ਵਡਹੇਰਾ। ਪ੍ਰਸ਼ਨ ਪੰਜ ਹੈਗਾ, ਸਿੱਖ ਦੇ ਸਭ ਤੋਂ ਪਹਿਲਾਂ ਸਿੱਕੇ ਕਿਸਨੇ ਚਲਾਏ? ਇਸਦਾ ਆਪਣਾ ਉੱਤਰ ਹੈਗਾ ਮਹਾਰਾਜਾ ਰਣਜੀਤ ਸਿੰਘ ਨੇ। ਛੇਵਾਂ ਪ੍ਰਸ਼ਨ, ਗੁਰੂ ਸਾਹਿਬ ਜੀ ਨੇ ਕਿਹਨਾਂ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ? ਇਸਦਾ ਆਪਣਾ ਹੈਗਾ ਸੰਗਤ ਪੰਗਤ ਅਤੇ ਗੁਰੂ ਸੰਸਥਾ। ਸੱਤਵਾਂ ਹੈਗਾ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ? ਇਸਦਾ ਉੱਤਰ ਆਪਣਾ ਹੋਏਗਾ ਆਪਸ਼ਨ ਨੰਬਰ ਊੜਾ, ਬੀਬੀ ਖੀਵੀ ਜੀ। ਅੱਠਵਾਂ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਸਥਾਪਨਾ ਕਦੋਂ ਕੀਤੀ? ਇਸਦਾ ਉੱਤਰ ਆਪਸ਼ਨ ਨੰਬਰ ਐੜਾ, 1546 ਈਸਵੀ ਵਿੱਚ। ਨੌਵਾਂ ਪ੍ਰਸ਼ਨ ਹੈਗਾ, ਗੁਰੂ ਅਮਰਦਾਸ ਜੀ ਦਾ ਸੰਬੰਧ ਕਿਸ ਵੰਸ਼ ਨਾਲ ਸੀ? ਇਸਦਾ ਉੱਤਰ ਹੈਗਾ ਆਪਸ਼ਨ ਨੰਬਰ ਊੜਾ, ਪੱਤਰੀ ਜਾਤ ਦੇ ਭੱਲਾ ਵੰਸ਼ ਨਾਲ। ਉਸ ਤੋਂ ਅੱਗੇ ਪ੍ਰਸ਼ਨ ਦਸ, ਮਸੰਦ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ਸੀ? ਇਸਦਾ ਉੱਤਰ ਹੈਗਾ ਆਪਸ਼ਨ ਨੰਬਰ ਐੜਾ, ਗੁਰੂ ਰਾਮਦਾਸ ਜੀ ਨੇ। ਪ੍ਰਸ਼ਨ 11, ਗੁਰੂ ਰਾਮਦਾਸ ਜੀ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ? ਇਸਦਾ ਹੈਗਾ 1689 ਸ਼ਬਦਾਂ ਦੀ। ਪ੍ਰਸ਼ਨ 12, ਸੁਖਮਨੀ ਸਾਹਿਬ ਕਿਸ ਗੁਰੂ ਦੀ ਰਚਨਾ ਹੈ? ਇਸਦਾ ਉੱਤਰ ਹੈ ਆਪਸ਼ਨ ਨੰਬਰ ਸੱਸਾ, ਗੁਰੂ ਅਰਜਨ ਦੇਵ ਜੀ ਦੀ। 13ਵਾਂ ਪ੍ਰਸ਼ਨ, ਗੁਰੂ ਹਰਗੋਬਿੰਦ ਜੀ ਨੂੰ ਕੈਦੀ ਦੇ ਰੂਪ ਵਿੱਚ ਕਿੱਥੇ ਰੱਖਿਆ ਗਿਆ? ਇਸਦਾ ਉੱਤਰ ਹੈ ਆਪਸ਼ਨ ਨੰਬਰ ਐੜਾ, ਗਵਾਲੀਅਰ ਦੇ ਕਿਲੇ ਵਿੱਚ। ਪ੍ਰਸ਼ਨ 14, ਗੁਰੂ ਤੇਗ ਬਹਾਦਰ ਜੀ ਦਾ ਕੀ ਨਾਮ ਸੀ? ਇਸਦਾ ਉੱਤਰ ਹੈ ਆਪਸ਼ਨ ਨੰਬਰ ਈ, ਤਿਆਗਮੱਲ। 15ਵਾਂ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੁਗਲ ਬਾਦਸ਼ਾਹ ਕੌਣ ਸੀ? ਇਸਦਾ ਉੱਤਰ ਹੈ ਆਪਸ਼ਨ ਨੰਬਰ ਐੜਾ, ਔਰੰਗਜ਼ੇਬ। 16ਵਾਂ ਪ੍ਰਸ਼ਨ, ਚਮਕੌਰ ਦਾ ਯੁੱਧ ਕਦੋਂ ਲੜਿਆ ਗਿਆ? ਇਸਦਾ ਉੱਤਰ ਹੈ ਆਪਸ਼ਨ ਨੰਬਰ ਈ, 1704 ਈਸਵੀ ਵਿੱਚ। ਪ੍ਰਸ਼ਨ 17, ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ? ਇਸਦਾ ਉੱਤਰ ਹੈ ਆਪਸ਼ਨ ਨੰਬਰ ਐੜਾ, 1670 ਈਸਵੀ। 18ਵਾਂ ਪ੍ਰਸ਼ਨ ਹੈਗਾ, ਮੀਰ ਮੰਨੂ ਦੇ ਪਿਤਾ ਦਾ ਨਾਂ ਕੀ ਸੀ? ਇਸਦਾ ਉੱਤਰ ਹੈ ਆਪਸ਼ਨ ਨੰਬਰ ਈ, ਕਮਰਉਦੀਨ। 19ਵਾਂ ਪ੍ਰਸ਼ਨ, ਮੁਗਲਾਨੀ ਬੇਗਮ ਕੌਣ ਸੀ? ਇਸਦਾ ਉੱਤਰ ਹੈ ਆਪਸ਼ਨ ਨੰਬਰ ਈ, ਮੀਰ ਮੰਨੂ ਦੀ ਵਿਧਵਾ। ਤੇ 20ਵਾਂ ਪ੍ਰਸ਼ਨ, ਪੰਜਾਬ ਵਿੱਚ ਮੁਗਲ ਸਾਮਰਾਜ ਦਾ ਅੰਤ ਕਦੋਂ ਹੋਇਆ? ਉਸ ਤੋਂ ਅੱਗੇ ਆ ਜਾਂਦਾ ਆਪਣਾ ਭਾਗ ਐੜਾ, ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈਗਾ, ਖਾਲੀ ਥਾਵਾਂ ਨੇ ਪਹਿਲਾਂ 5। ਪਹਿਲੀ ਖਾਲੀ ਤਾਂ ਹੈਗੀ ਆ, ਦਲ ਖਾਲਸਾ ਦੀ ਸਥਾਪਨਾ ਡੈਸ਼ ਵਿੱਚ ਹੋਈ? ਇਸਦਾ ਹੈਗਾ 29 ਮਾਰਚ 1748 ਵਿੱਚ। ਨੰਬਰ ਦੂਜਾ, ਮਿਸਲਾਂ ਦੀ ਕੁੱਲ ਸੰਖਿਆ ਡੈਸ਼ ਸੀ? ਇਸਦਾ ਉੱਤਰ ਹੈਗਾ 12। ਤੀਜਾ ਪ੍ਰਸ਼ਨ, ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਮ ਡੈਸ਼ ਸੀ? ਇਸਦਾ ਹੈਗਾ ਬੁੱਧ ਸਿੰਘ। ਪ੍ਰਸ਼ਨ ਚੌਥਾ ਹੈਗਾ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਡੈਸ਼ ਈਸਵੀ ਵਿੱਚ ਹੋਈ? ਇਸਦਾ ਹੈਗਾ 1839 ਈਸਵੀ। ਤੇ 5ਵਾਂ, ਪਹਿਲਾ ਐਂਗਲੋ ਸਿੱਖ ਯੁੱਧ ਡੈਸ਼ ਈਸਵੀ ਵਿੱਚ ਲੜਿਆ ਗਿਆ? ਇਸਦਾ ਉੱਤਰ ਹੈਗਾ 1839 ਈਸਵੀ ਤੋਂ 1842 ਈਸਵੀ ਤੱਕ। ਪ੍ਰਸ਼ਨ 6ਵਾਂ ਹੈਗਾ ਆਪਣਾ, ਦੀਵਾਨ ਮੂਲ ਰਾਜ ਗੁਜਰਾਤ ਦਾ ਨਾਜ਼ਿਮ ਸੀ? ਇਸਦਾ ਹੈਗਾ ਆਪਣਾ ਗਲਤ। ਪ੍ਰਸ਼ਨ 7ਵਾਂ ਹੈਗਾ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨੇਪਾਲ ਵਿੱਚ ਹੋਈ। ਤੇ 8ਵਾਂ ਪ੍ਰਸ਼ਨ, ਮਹਾਰਾਜਾ ਦਲੀਪ ਸਿੰਘ ਪੰਜਾਬ ਦਾ ਆਖਰੀ ਮਹਾਰਾਜਾ ਸੀ? ਇਸਦਾ ਹੈਗਾ ਸਹੀ। 9ਵਾਂ, ਸ਼ਹੀਦ ਮਿਸਲ ਦੀ ਨੀਂਹ ਸੂਬਾ ਸਿੰਘ ਨੇ ਰੱਖੀ। 10ਵਾਂ ਹੈਗਾ, ਦਾਰਾ ਸਕੋ ਦੀ ਮਦਦ ਗੁਰੂ ਹਰਕ੍ਰਿਸ਼ਨ ਜੀ ਨੇ ਕੀਤੀ ਸੀ? ਇਸਦਾ ਹੈਗਾ ਗਲਤ। ਉਸ ਤੋਂ ਅੱਗੇ ਆ ਜਾਂਦਾ ਆਪਣਾ ਭਾਗ ਈ, ਹੇਠ ਲਿਖੇ ਵਿੱਚੋਂ 5 ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦੇ 3 ਅੰਕ ਹਨ, ਹਰੇਕ ਪ੍ਰਸ਼ਨ ਦਾ ਉੱਤਰ 35 ਤੋਂ 40 ਸ਼ਬਦਾਂ ਵਿੱਚ ਦਿਓ। ਪਹਿਲਾ ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ, ਵਿਆਖਿਆ ਕਰੋ। ਉੱਤਰ ਹੈਗਾ, ਗੁਰੂ ਨਾਨਕ ਦੇਵ ਜੀ ਨਾ ਸਿਰਫ ਇੱਕ ਮਹਾਂਪੁਰਖ ਸਨ, ਸਗੋਂ ਉੱਚ ਕੋਟੀ ਦੇ ਕਵੀ ਅਤੇ ਸੰਗੀਤਕਾਰ ਵੀ ਸਨ। ਉਹਨਾਂ ਨੇ ਉੱਚ ਕੋਟੀ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ ਆਪ ਦੇ ਮਹਾਨ ਕਵੀ ਹੋਣ ਦਾ ਮਾਣ ਹਨ। ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਬਹੁਤ ਸੋਹਣੇ ਢੰਗ ਨਾਲ ਵਰਣਨ ਕੀਤਾ ਹੈ। ਗੁਰੂ ਸਾਹਿਬ ਦੇ ਸ਼ਬਦਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਵਰਤੋਂ ਬਹੁਤ ਸ਼ਾਨਦਾਰ ਹੈ। ਆਪ ਜੀ ਦੁਆਰਾ ਸੰਖੇਪ ਸ਼ਬਦਾਂ ਵਿੱਚ ਬਹੁਤ ਹੀ ਡੂੰਘੀਆਂ ਗੱਲਾਂ ਆਖੀਆਂ ਗਈਆਂ ਹਨ। ਗੁਰੂ ਸਾਹਿਬ ਪਹਿਲਾਂ ਅਜਿਹੇ ਸੁਧਾਰਕ ਸਨ ਜਿਨ੍ਹਾਂ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਗੀਤ ਦੀ ਵਰਤੋਂ ਕੀਤੀ। ਉਹ ਕਈ ਰਾਗਾਂ ਤੋਂ ਜਾਣੂ ਸਨ ਅਤੇ ਉਹਨਾਂ ਦੇ ਕੀਰਤਨ ਨੂੰ ਸੁਣ ਕੇ ਵੱਡੇ ਵੱਡੇ ਪਾਪੀ ਵੀ ਉਹਨਾਂ ਦੇ ਚਰਨੀ ਪੈ ਜਾਂਦੇ ਸਨ। ਉਸ ਤੋਂ ਅੱਗੇ ਆਪਣਾ ਹੈਗਾ ਪ੍ਰਸ਼ਨ ਦੂਜਾ, ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?
ਇਸਦਾ ਉੱਤਰ ਹੈਗਾ ਹੈ ਪੁਆਇੰਟ ਪਹਿਲਾ, ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ। ਨੰਬਰ ਦੋ, ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ। ਨੰਬਰ ਤਿੰਨ, ਗੁਰੂ ਸਾਹਿਬ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ। ਨੰਬਰ ਚਾਰ, ਗੁਰੂ ਸਾਹਿਬ ਨੇ ਉਦਾਸੀ ਮਤ ਦਾ ਖੰਡਨ ਕੀਤਾ। ਨੰਬਰ ਪੰਜ, ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ। ਉਸ ਤੋਂ ਅੱਗੇ ਆਪਣਾ ਤੀਜਾ ਪ੍ਰਸ਼ਨ ਹੈਗਾ, ਪੰਜਾਬ ਵਿੱਚ 16ਵੀਂ ਸਦੀ ਸ਼ੁਰੂ ਵਿੱਚ ਹੋਏ ਤਿਕੋਣੇ ਸੰਘਰਸ਼ ਬਾਰੇ ਸੰਖੇਪ ਰੂਪ ਵਿੱਚ ਲਿਖੋ। ਉੱਤਰ ਹੈਗਾ, ਇਹ ਤੰਗੋਣਾ ਸੰਘਰਸ਼ ਬਾਬਰ ਦਿੱਲੀ ਦੇ ਸ਼ਾਸਕ ਇਮਰਾਹਿਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਨ ਲੋਧੀ ਵਿਚਕਾਰ ਹੋਇਆ। ਦੌਲਤ ਖਾਨ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ। ਜਦੋਂ ਇਸ ਗੱਲ ਦਾ ਪਤਾ ਦਿੱਲੀ ਦੇ ਸੁਲਤਾਨ ਇਮਰਾਹਿਮ ਲੋਧੀ ਨੂੰ ਲੱਗਿਆ ਤਾਂ ਉਸਨੇ ਦੌਲਤ ਖਾਨ ਲੋਧੀ ਨੂੰ ਦਿੱਲੀ ਬੁਲਾਇਆ। ਦੌਲਤ ਖਾਨ ਨੇ ਆਪਣੀ ਥਾਂ ਤੇ ਆਪਣੇ ਪੁੱਤਰ ਦਿਲਾਵਰ ਖਾਨ ਨੂੰ ਦਿੱਲੀ ਭੇਜ ਦਿੱਤਾ। ਇਮਰਾਹਿਮ ਲੋਧੀ ਨੇ ਦਿਲਾਵਰ ਖਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੌਲਤ ਖਾਨ ਲੋਧੀ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ। ਇਸ ਸੰਘਰਸ਼ ਵਿੱਚ ਬਾਬਰ ਦੀ ਜਿੱਤ ਹੋਈ। ਉਸ ਤੋਂ ਅੱਗੇ ਪ੍ਰਸ਼ਨ ਚਾਰ ਹੈਗਾ, ਸੰਗਤ ਅਤੇ ਪੰਗਤ ਬਾਰੇ ਨੋਟ ਲਿਖੋ। ਪ੍ਰਸ਼ਨ ਪੰਜਵਾਂ, ਮਸੰਦ ਪ੍ਰਥਾ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ। ਉੱਤਰ ਹੈਗਾ, ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਮਸੰਦ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਮਸਨਦ ਤੋਂ ਬਣਿਆ ਹੈ, ਜਿਸਦਾ ਅਰਥ ਹੁੰਦਾ ਹੈ ਉੱਚਾ ਸਥਾਨ। ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖਿਆ ਦੇ ਵਿਕਾਸ ਵਿੱਚ ਬਹੁਤ ਤੇਜ਼ੀ ਆਈ। ਲੰਗਰ ਅਤੇ ਵਿਕਾਸ ਕਾਰਜਾਂ ਲਈ ਮਾਇਆ ਦੀ ਲੋੜ ਵੱਧ ਗਈ। ਇਸ ਸਮੇਂ ਗੁਰੂ ਸਾਹਿਬ ਨੇ ਦਸਵੰਧ ਦੀ ਪਰੰਪਰਾ ਸ਼ੁਰੂ ਕੀਤੀ। ਮਸੰਦ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਤੇ ਸਿੱਖਾਂ ਕੋਲੋਂ ਦਸਵੰਧ ਇਕੱਠਾ ਕਰਦੇ ਸਨ। ਮਸੰਦ ਦੇ ਅਹੁਦੇ ਤੇ ਸਾਦਾ ਤੇ ਪਵਿੱਤਰ ਜੀਵਨ ਜੀਣ ਵਾਲੇ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਸੀ। ਉਹ ਆਪਣੇ ਗੁਜ਼ਾਰੇ ਦੀ ਕਿਰਤ ਕਮਾਈ ਕਰਦੇ ਸਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਮਾਇਆ ਵਿੱਚ ਇੱਕ ਪੈਸਾ ਲੈਣ ਦੀ ਲੈਣਾ ਵੀ ਪਾਪ ਸਮਝਦੇ ਸਨ। ਇਕੱਠੀ ਕੀਤੀ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਸਮੇਂ ਗੁਰੂ ਸਾਹਿਬ ਜੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭੇਟ ਕੀਤਾ ਜਾਂਦਾ ਸੀ। ਮਸੰਦ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਬਹੁਤ ਲਾਭਦਾਇਕ ਸਿੱਧ ਹੋਈ ਹੈ। ਬਾਅਦ ਵਿੱਚ ਮਸੰਦ ਬਹੁਤ ਸ਼ਕਤੀਸ਼ਾਲੀ ਅਤੇ ਭ੍ਰਿਸ਼ਟਾਚਾਰ ਹੋ ਗਏ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਥਾ ਨੂੰ ਖਤਮ ਕਰ ਦਿੱਤਾ। ਉਸ ਤੋਂ ਅੱਗੇ ਛੇਵਾਂ ਪ੍ਰਸ਼ਨ ਹੈਗਾ, ਪਹਿਲੇ ਐਂਗਲੋ ਸਿੱਖ ਯੁੱਧ ਦੇ ਤਿੰਨ ਮੁੱਖ ਕਾਰਨ। ਉੱਤਰ ਹੈਗਾ, ਪੁਆਇੰਟ ਪਹਿਲਾ, ਅੰਗਰੇਜ਼ਾਂ ਨੇ ਪੰਜਾਬ ਦੇ ਆਲੇ ਦੁਆਲੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਨੰਬਰ ਦੋ, ਅੰਗਰੇਜ਼ ਪੰਜਾਬ ਦੀ ਰਾਜਨੀਤਿਕ ਅਸਥਿਰਤਾ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ। ਨੰਬਰ ਤਿੰਨ, ਅੰਗਰੇਜ਼ ਅਫਗਾਨਿਸਤਾਨ ਵਿੱਚ ਹੋਈ ਹਾਰ ਕਾਰਨ ਹੋਈ ਬਦਨਾਮੀ ਦਾ ਦਾਗ ਧੋਣਾ ਚਾਹੁੰਦੇ ਸਨ। ਨੰਬਰ ਚਾਰ, ਲਾਲ ਸਿੰਘ ਅਤੇ ਤੇਜਾ ਸਿੰਘ ਨੇ ਸਿੱਖ ਫੌਜ ਨੂੰ ਅੰਗਰੇਜ਼ਾਂ ਨਾਲ ਲੜਾ ਕੇ ਕਮਜ਼ੋਰ ਕਰਨਾ ਚਾਹੁੰਦੇ ਸਨ। ਨੰਬਰ ਪੰਜ, ਬਰਾੜਪੁੱਟ ਦੀ ਨਿਯੁਕਤੀ ਕਾਰਨ ਸਿੱਖ ਅਤੇ ਅੰਗਰੇਜ਼ਾਂ ਦੇ ਸੰਬੰਧ ਵਿੱਚ ਕੁੜੱਤਣਤਾ ਆ ਗਈ। ਸੱਤਵਾਂ ਪ੍ਰਸ਼ਨ, ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਕਿਉਂ ਧਾਰਨ ਕੀਤੀ, ਕੋਈ ਤਿੰਨ ਕਾਰਨ ਦੱਸੋ। ਇਹ ਜਿਹੜੇ ਪ੍ਰਸ਼ਨ ਆਪਾਂ ਤੁਹਾਨੂੰ ਪਿਛਲੇ ਸੈਂਪਲ ਪੇਪਰਾਂ 'ਚ ਕਰਾ ਦਿੱਤੇ ਨੇ, ਇਸ ਲਈ ਉਹਨਾਂ ਦਾ ਪੀਡੀਐਫ ਲੈ ਲਈ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ ਤੇ ਲਿੰਕ ਜਿਹੜਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਊਗਾ। ਪ੍ਰਸ਼ਨ ਅੱਠਵਾਂ ਹੋ ਜਾਂਦਾ, ਗੁਰਮਤਾ ਤੋਂ ਕੀ ਭਾਵ ਹੈ, ਗੁਰਮਤਾ ਦੇ ਤਿੰਨ ਵਿਸ਼ੇਸ਼ ਕਾਰਨ ਲਿਖੋ। ਉੱਤਰ ਹੈਗਾ, ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਹੈ। ਗੁਰਮਤਾ ਪੰਜਾਬੀ ਦੇ ਦੋ ਸ਼ਬਦਾਂ ਗੁਰੂ ਅਤੇ ਮਤਾ ਤੋਂ ਬਣਿਆ ਹੈ। ਇਸਦਾ ਅਰਥ ਹੈ ਗੁਰੂ ਦਾ ਮਤ ਜਾਂ ਫੈਸਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਰਬੱਤ ਖਾਲਸਾ ਦੁਆਰਾ ਲਏ ਗਏ ਫੈਸਲਿਆਂ ਨੂੰ ਗੁਰਮਤਾ ਕਿਹਾ ਜਾਂਦਾ ਸੀ। ਸਿੱਖ ਗੁਰਮਤਿਆਂ ਦੀ ਪਾਲਣਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਰਦੇ ਸਨ। ਉਸ ਤੋਂ ਅੱਗੇ ਭਾਗ ਸੱਸਾ ਹੈਗਾ, ਸਰੋਤ ਆਧਾਰਿਤ ਪ੍ਰਸ਼ਨ ਜਿਹੜੇ ਕਿ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਜਿਹੜੇ ਕਰ ਸਕਦੇ ਹੋ, ਉੱਥੇ ਪੀਡੀਐਫ ਜਿਹੜਾ ਪ੍ਰੋਵਾਈਡ ਕਰਾ ਦਿੱਤਾ ਜਾਊਗਾ। ਉਸ ਤੋਂ ਅੱਗੇ ਪੰਜਵਾਂ ਹੈਗਾ, ਹੇਠ ਲਿਖੇ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦਾ ਉੱਤਰ 100 ਤੋਂ 150 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਲਈ 5 ਅੰਕਾਂ। ਪਹਿਲਾ ਪ੍ਰਸ਼ਨ ਹੈਗਾ, ਆਦਿ ਗ੍ਰੰਥ ਸਾਹਿਬ ਤੇ ਨੋਟ ਲਿਖੋ। ਉੱਤਰ ਹੈਗਾ, ਆਦਿ ਗ੍ਰੰਥ ਸਾਹਿਬ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਹੈ। ਇਸਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਮੰਨਿਆ ਜਾਂਦਾ ਹੈ। ਆਦਿ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦਾ ਸੰਕਲਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਨਾਂ ਦੇ ਸਰੋਵਰ ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਲਿਖਦੇ ਗਏ। ਇਸਦੇ ਸੰਕਲਨ ਦੇ ਲਗਭਗ 3 ਸਾਲ ਦਾ ਸਮਾਂ ਲੱਗਿਆ। 16 ਅਗਸਤ 1604 ਈਸਵੀ ਨੂੰ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਇਸ ਵਿੱਚ 6 ਗੁਰੂ ਸਾਹਿਬਾਨਾਂ, 15 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਦਰਜ ਹੈ। ਇਸ ਵਿੱਚ 11 ਭੱਟਾਂ ਦੇ ਸਵਈਏ ਵੀ ਸ਼ਾਮਲ ਹਨ। ਆਦਿ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਜੀਵਨ ਦਾ ਅਨਿੱਖਰਵਾਂ ਅੰਗ ਮੰਨਿਆ ਜਾਂਦਾ ਹੈ। ਉਸ ਤੋਂ ਅੱਗੇ ਦੂਜਾ ਪ੍ਰਸ਼ਨ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ 5 ਮੁੱਖ ਕਾਰਨ ਕੀ ਸਨ? ਉੱਤਰ ਹੈਗਾ, ਪੁਆਇੰਟ 1, ਜਹਾਂਗੀਰ ਦੀ ਧਾਰਮਿਕ ਕੱਟੜਤਾ। ਜਹਾਂਗੀਰ ਕੱਟੜ ਸੁੰਨੀ ਮੁਸਲਮਾਨ ਸੀ, ਉਹ ਤੋਂ ਹੋਰ ਕਿਸੇ ਧਰਮ ਦੀ ਬਰਦਾਸ਼ਤ ਨਹੀਂ ਕਰ ਸਕਦਾ ਸੀ। ਆਪਣੀ ਆਤਮ ਕਥਾ ਦੁੱਜ ਕੇ ਜਹਾਂਗੀਰ ਵਿੱਚ ਜਹਾਂਗੀਰ ਨੇ ਸਪਸ਼ਟ ਲਿਖਿਆ ਕਿ ਉਹ ਗੁਰੂ ਸਾਹਿਬ ਦਾ ਪ੍ਰਚਾਰ ਬੰਦ ਕਰਵਾ ਕੇ ਉਹਨਾਂ ਨੂੰ ਇਸਲਾਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਦੂਜਾ ਹੈਗਾ, ਪ੍ਰਿਥੀ ਚੰਦ ਦਾ ਵਿਰੋਧ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਹ ਬਹੁਤ ਸਵਾਰਥੀ ਸੀ, ਉਹ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ ਤਾਂ ਉਹ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ।
ਅਤੇ ਉਹਨਾਂ ਖਿਲਾਫ ਸਾਜ਼ਿਸ਼ਾਂ ਕਰਨ ਲੱਗਿਆ। ਪੁਆਇੰਟ ਤੀਜਾ ਹੈਗਾ ਨਕਸ਼ਬੰਦੀਆਂ ਦਾ ਵਿਰੋਧ। ਨਕਸ਼ਬੰਦੀ ਕੱਟੜ ਪੰਥੀ ਮੁਸਲਮਾਨਾਂ ਦੀ ਇੱਕ ਲਹਿਰ ਸੀ। ਇਸਦਾ ਮੁੱਖ ਕੇਂਦਰ ਸਰਹੰਦ ਵਿਖੇ ਸੀ। ਇਸ ਲਹਿਰ ਦਾ ਮੁੱਖ ਨੇਤਾ ਸ਼ੇਖ ਅਹਿਮਦ ਸਰਹੰਦੀ ਸੀ। ਇਹ ਲਹਿਰ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਤਰੱਕੀ ਸਹਿਣ ਨਹੀਂ ਕਰ ਸਕਦੀ ਸੀ। ਜਦੋਂ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਭਾਵ ਨੂੰ ਵੱਧਦੇ ਵੇਖਿਆ ਤਾਂ ਇਹ ਬਰਦਾਸ਼ਤ ਨਾ ਕਰ ਸਕੇ। ਇਸ ਲਈ ਇਹਨਾਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਖਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ। ਚੌਥਾ ਪੁਆਇੰਟ ਬ੍ਰਾਹਮਣਾਂ ਦਾ ਵਿਰੋਧ। ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਅਤੇ ਪ੍ਰਚਾਰ ਕਾਰਨ ਸਿੱਖਾਂ ਦਾ ਭਾਵ ਵੱਧ ਗਿਆ ਸੀ। ਨਤੀਜੇ ਸਮਾਜ ਵਿੱਚ ਬ੍ਰਾਹਮਣਾਂ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ ਸੀ। ਲੋਕਾਂ ਨੇ ਬ੍ਰਾਹਮਣਾਂ ਬੁਲਾਏ ਬਗੈਰ ਆਪਣੀਆਂ ਰਸਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਬ੍ਰਾਹਮਣਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨੰਬਰ 5 ਹੈਗਾ ਚੰਦੂ ਸ਼ਾਹ ਦਾ ਵਿਰੋਧ। ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ। ਗੁਰੂ ਜੀ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ ਅਤੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਖਿਲਾਫ਼ ਭੜਕਾਉਣ ਲੱਗਾ। ਆਦਿ ਗ੍ਰੰਥ ਸਾਹਿਬ ਦਾ ਸੰਕਲਨ ਹੈਗਾ ਗੁਰੂ ਸਾਹਿਬ ਦੇ ਵਿਰੋਧੀਆਂ ਨੇ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਵਿੱਚ ਇਸਲਾਮ ਵਿਰੋਧੀ ਗੱਲਾਂ ਲਿਖੀਆਂ ਹਨ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਸਾਹਿਬ ਆਦਿ ਗ੍ਰੰਥ ਸਾਹਿਬ ਵਿੱਚ ਇਹਨਾਂ ਗੱਲਾਂ ਨੂੰ ਕੱਢ ਦੇਣ। ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਇਸ ਲਈ ਜਹਾਂਗੀਰ ਦਾ ਗੁਰੂ ਸਾਹਿਬ ਵਿਰੁੱਧ ਗੁੱਸਾ ਹੋਰ ਵੀ ਵੱਧ ਗਿਆ। ਸੱਤਵਾਂ ਪੁਆਇੰਟ ਹੈਗਾ ਤਤਕਾਲੀ ਕਾਰਨ। ਸ਼ਾਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਖਿਲਾਫ਼ ਵਿਦਰੋਹ ਕਰ ਦਿੱਤਾ। ਅਸਫਲ ਹੋਣ ਤੇ ਉਹ ਭੱਜ ਕੇ ਪੰਜਾਬ ਆ ਗਿਆ। ਪੰਜਾਬ ਪਹੁੰਚ ਕੇ ਉਹ ਗੁਰੂ ਅਰਜਨ ਦੇਵ ਜੀ ਸਾਹਿਬ ਕੋਲ ਤਰਨ ਤਾਰਨ ਵਿਖੇ ਹੋ ਗਿਆ। ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਸਨੇ ਲਾਹੌਰ ਦੇ ਗਵਰਨਰ ਮੁਰਤੇਜ ਖਾਨ ਨੂੰ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਬਾਅਦ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਤੀਜਾ ਪ੍ਰਸ਼ਨ ਹੈਗਾ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀਆਂ ਸ਼੍ਰੇਣੀਆਂ ਦਾ ਵਰਣਨ ਕਰੋ। ਪ੍ਰਸ਼ਨ 4 ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਪੜਚੋਲ ਕਰੋ। ਭਾਗ ਕੱਕੇ 'ਚ ਹੈਗਾ ਦਿੱਤੇ ਗਏ ਪੰਜਾਬ ਦੇ ਨਕਸ਼ੇ। ਪੰਜਾਬ ਦੇ ਮਾਨਚਿੱਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਲੜਾਈਆਂ ਦੇ 5 ਸਥਾਨ ਦਿਖਾਓ। ਦਿਖਾਏ ਗਏ ਹਰੇਕ ਸਥਾਨ ਦੀ 20 ਤੋਂ 25 ਸ਼ਬਦਾਂ ਵਿੱਚ ਵਿਆਖਿਆ ਕਰੋ। ਇਸ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਜਿਹੜੀ ਕਰ ਸਕਦਾ ਉਹਨਾਂ ਦੇ ਵਿੱਚੋਂ ਇੱਕ ਮੈਪ ਆਪਾਂ ਨੂੰ ਜਿਹੜਾ ਪੇਪਰ ਦੇ ਵਿੱਚ ਦੇਖਣ ਨੂੰ ਮਿਲੂਗਾ। ਤਾਂ ਹਾਂਜੀ ਦੋਸਤੋ, ਧੰਨਵਾਦ। ਅੱਜ ਵਿੱਚ ਇੰਨਾ ਹੀ। ਮਿਲਦਾ ਕਿਸੇ ਹੋਰ ਵੀਡੀਓ ਵਿੱਚ।